बाबा मक्खा सिंह बाजार सतवाला डेरा जी जी ते इन्हां दा मैनूं 32 साल जां 35 साल हो चले जुड़े ने जी ते उन्हां दे आशीर्वाद दे नाल जिथे भी उन्होंने प्रोग्राम किए मैं उस प्रोग्राम से जाता रहा जिन्हें भी उन्होंने किए ऐसे प्रोग्राम बारे दसो की है अज उन्होंने लड़ीवार चल रहे पाठा की अज उन्होंने भोग पाए ने संग्रांद वाले दिन जी तो वो एक फोटो बाबा जी तैयार करके बाबा जी बेटे ने दी है तो एक यादगिरी निशानी दी है संगत मैं कहना चाहता भी आओ मेरे से सेवा करो बाबा जी का आशीर्वाद लो जितना भी पहला आते उस तरह फिर आओगे आप सब सिख संगतां नूं नवें साल की बहुत बहुत वधाई होए। आप सब जी नूं पता ही है कि पिछले दिनी शहीद भाई मणि सिंह टकसाल के 11वें मुखी संत बाबा मक्खन सिंह जी गुरपुरी जा सदारे सन। उन्हां दी मिठी याद दे विच देश विदेश दीआं सिख संगतां ने डेरा संत ज्ञानी अमीर सिंह जी विखे अखंड पाठ साहिब की लड़ी प्रारंभ कीती है। आप सब सिख संगतां नूं बेनती है कि चल रहे प्रवाह दे विच वध चढ़ के हिस्सा पाओ। वाहिगुरू जी का खालसा वाहिगुरू जी की फतह। ਬਾਬਾ ਮੱਖਾ ਸਿੰਘ ਬਾਜ਼ਾਰ ਸਤਵਾਲਾ ਡੇਰਾ ਜੀ ਜੀ ਅਤੇ ਇਹਨਾਂ ਦਾ ਮੈਨੂੰ 32 ਸਾਲ ਜਾਂ 35 ਸਾਲ ਹੋ ਚੱਲੇ ਜੁੜੇ ਨੇ ਜੀ ਅਤੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਜਿੱਥੇ ਵੀ ਉਹਨਾਂ ਨੇ ਪ੍ਰੋਗਰਾਮ ਕੀਤੇ ਮੈਂ ਉਸ ਪ੍ਰੋਗਰਾਮ 'ਤੇ ਜਾਂਦਾ ਰਿਹਾ ਜਿੰਨੇ ਵੀ ਉਹਨਾਂ ਨੇ ਕੀਤੇ ਅੱਜ ਪ੍ਰੋਗਰਾਮ ਬਾਰੇ ਦੱਸੋ ਕੀ ਹੈ ਅੱਜ ਉਹਨਾਂ ਦੀ ਲੜੀਵਾਰ ਚੱਲ ਰਹੀ ਪਾਠਾਂ ਦੀ ਅੱਜ ਉਹਨਾਂ ਨੇ ਭੋਗ ਪਾਏ ਨੇ ਸੰਗਰਾਂਦ ਵਾਲੇ ਦਿਨ ਜੀ ਅਤੇ ਉਹ ਇੱਕ ਫੋਟੋ ਬਾਬਾ ਜੀ ਤਿਆਰ ਕਰਕੇ ਬਾਬਾ ਜੀ ਬੇਟੇ ਨੂੰ ਦਿੱਤੀ ਹੈ ਅਤੇ ਇੱਕ ਯਾਦਗਿਰੀ ਨਿਸ਼ਾਨੀ ਦਿੱਤੀ ਹੈ ਸੰਗਤਾਂ ਨੂੰ। ਮੈਂ ਕਹਿਣਾ ਚਾਹੁੰਦਾ ਵੀ ਆਓ ਮੇਰੇ 'ਤੇ ਸੇਵਾ ਕਰੋ ਬਾਬਾ ਜੀ ਦਾ ਆਸ਼ੀਰਵਾਦ ਲਓ ਜਿੱਦਾਂ ਪਹਿਲਾਂ ਆਉਂਦੇ ਉਸ ਤਰ੍ਹਾਂ ਤੁਸੀਂ ਫਿਰ ਆਓਗੇ। ਆਪ ਸਭ ਸਿੱਖ ਸੰਗਤਾਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ। ਆਪ ਸਭ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਸ਼ਹੀਦ ਭਾਈ ਮਣੀ ਸਿੰਘ ਟਕਸਾਲ ਦੇ 11ਵੇਂ ਮੁਖੀ ਸੰਤ ਬਾਬਾ ਮੱਖਣ ਸਿੰਘ ਜੀ ਗੁਰਪੁਰੀ ਜਾ ਸਦਾਰੇ ਸਨ। ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਡੇਰਾ ਸੰਤ ਗਿਆਨੀ ਅਮੀਰ ਸਿੰਘ ਜੀ ਵਿਖੇ ਅਖੰਡ ਪਾਠ ਸਾਹਿਬ ਦੀ ਲੜੀ ਪ੍ਰਾਰੰਭ ਕੀਤੀ ਹੈ। ਆਪ ਸਭ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਚੱਲ ਰਹੇ ਪ੍ਰਵਾਹ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।